ਅੱਜ ਦੇ ਦੌਰ ਵਿੱਚ ਕੋਈ ਵੀ ਵਿਅਕਤੀ ਕਿਸੇ ਦਾ ਵੀ ਬੇਰਹਿਮੀ ਨਾਲ ਕਤਲ ਕਰਨ ਤੋਂ ਨਹੀਂ ਡਰਦਾ। ਅਜਿਹੇ ਦਰਿੰਦਿਆਂ ਨੂੰ ਕਾਨੂੰਨ ਦਾ ਵੀ ਕੋਈ ਡਰ ਨਹੀਂ ਹੈ। ਅਜਿਹਾ ਹੀ ਮਾਮਲਾ ਤਰਨ ਤਾਰਨ ਵਿੱਚ ਸਾਹਮਣੇ ਆਇਆ, ਜਿੱਥੇ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ ਹੀ ਇੱਕ ਲੜਕੇ ਨੂੰ ਕਰੰਟ ਲਗਾ ਕੇ ਮਾਰ ਦਿੱਤਾ ਗਿਆ। ਦਰਅਸਲ ਤਰਨ ਤਾਰਨ ਦਾ ਰਹਿਣ ਵਾਲਾ ਗੁਰਵਿੰਦਰਜੀਤ ਸਿੰਘ ਦੇ ਸੇਰੋਂ ਦੀ ਰਹਿਣ ਵਾਲੀ ਲੜਕੀ ਸੰਦੀਪ ਕੌਰ ਦੇ ਨਾਲ ਨਜਾਇਜ਼ ਸਬੰਧ ਸਨ, ਜਿਹੜੀ ਕਿ ਪਹਿਲਾਂ ਹੀ ਸ਼ਾਦੀਸ਼ੁਦਾ ਸੀ। ਇਸ ਮਾਮਲੇ ਦੇ ਵਿੱਚ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੀ ਪ੍ਰੇਮਿਕਾ ਸੰਦੀਪ ਕੌਰ ਨੂੰ ਮਿਲਣ ਉਸ ਦੇ ਘਰ ਗਿਆ ਸੀ, ਜਿਸ ਦਾ ਪਤਾ ਲੱਗਣ ਤੇ ਨਾਬਾਲਗ ਲੜਕੇ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਗਲਾ ਘੁੱਟ ਕੇ ਤੇ ਕਰੰਟ ਲਗਾ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦਈਏ ਕਿ ਪੁਲਿਸ ਵੱਲੋਂ ਸੰਦੀਪ ਕੌਰ ਤੇ ਉਸ ਦੀ ਮਾਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੀ ਗੱਲ ਹੈ ਜੀ? ਭਾਈ ਮੇਰਾ ਛੋਟਾ ਭਰਾ ਸੀ ਭਾਈ, ਉਹਦੀ ਡਾਕਟਰ ਸਾਹਿਬ ਦਾ ਮਤਲਬ PA ਜਿਹੜਾ, ਉਹਨਾਂ ਨਾਲ ਕੋਈ ਰੰਜੀ ਚੱਲਦੀ ਸੀ ਅਤੇ ਉਹਨਾਂ ਨੇ ਸੱਦ ਕੇ ਅੱਜ ਉਹ ਘਰੋਂ ਆਇਆ, ਨਸ਼ਹਿਰੇ ਕੰਮ ਸੀ ਉੱਥੇ ਜਾਂਦਾ ਸੀ, ਉੱਥੋਂ ਆਇਆ ਅਤੇ ਇੱਥੇ ਆ ਕੇ ਅਤੇ ਇਹਨਾਂ ਨੇ ਉਹਨੂੰ ਰਸਤੇ ਤੋਂ ਚੱਕ ਕੇ ਅਤੇ ਇੱਥੇ ਆ ਕੇ ਮਾਰਤਾ। ਨਾਲੇ ਕਰੰਟ ਲਾਇਆ, ਗਲਾ ਘੁੱਟਿਆ ਉਹਦਾ, ਸਾਨੂੰ ਕੁਝ ਪਤਾ ਨਹੀਂ, ਸਾਨੂੰ 2 ਘੰਟੇ ਦਾ ਸਵਿੱਚ ਆਫ ਰਿਹਾ, ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ। ਉਹ ਸਾਨੂੰ ਉੱਥੋਂ ਨਸ਼ਹਿਰੇ ਦੇ ਪੁਲਿਸ ਇੰਸਪੈਕਟਰ ਸਾਹਿਬ ਘਰ ਗਏ, ਸਾਨੂੰ ਕਹਿੰਦੇ ਨਾਲ ਚਲੋ ਕੰਮ ਆ। ਭਾਈ ਜਦੋਂ ਆਏ ਇੱਥੇ ਆ ਕੇ ਤਾਂ ਪਤਾ ਲੱਗਾ ਕਿ ਸਾਡੇ ਮੇਰਾ ਛੋਟਾ ਭਰਾ ਦੀ ਡੈਥ ਹੋ ਗਈ ਹੈ। ਸਾਨੂੰ ਇਨਸਾਫ ਚਾਹੀਦਾ, ਜਿਹੜਾ ਮਰਜ਼ੀ ਹੋਵੇ, ਭਾਵੇਂ PA ਹੋਵੇ, ਭਾਵੇਂ MLA ਆਪ ਹੋਵੇ। ਇਹਨਾਂ ਮੁੰਡੇ ਦਾ PA ਦਾ ਸੰਨੀ ਡਾਕਟਰ ਦਾ, ਜਿਹੜੇ ਡਾਕਟਰ ਦਾ PA ਡਾਕਟਰ ਧਰਮਵੀਰ ਅਗਨੀ ਹੋਤਰੀ ਦਾ PA ਹੈ ਜੀ। ਇਹਨੇ ਅੱਗੇ ਵੀ 1-2 ਵਾਰ ਮੈਨੂੰ ਕਿਹਾ ਸੀ, ਕਹਿੰਦਾ ਇਹ ਸਾਡੇ ਮੇਰੀ ਭੈਣ ਦਾ ਗੱਲਬਾਤ ਇਹ ਪਿੱਛੇ ਆਉਂਦਾ ਵਾ, ਅਤੇ ਅੱਗੇ ਵੀ ਇਹਦੇ ਮਗਰ 2-3 ਵਾਰੀ ਦਾਤਰ ਲਗੇ ਭੱਜੇ ਸੀਗੇ। ਨਸ਼ਹਿਰੇ ਆਇਆ ਸੀ ਕੰਮ ਕਿਤੇ, ਤੇ ਇਹ ਮੁੰਡਿਆਂ ਨਾਲ ਪੁਰਾਣੀ ਰੰਜਿਸ਼ ਬਾਈ ਚੱਲਦੀ ਸੀ ਇਹਨਾਂ ਨਾਲ, ਤੇ ਉਹ ਅੱਜ ਦੀ ਲੰਘਣ ਲੱਗਾ ਤਾਂ ਉਹਨਾਂ ਨੇ ਗਵਾਹ ਕਰ ਲਿਆ ਮੁੰਡੇ ਨੂੰ, ਭਰਾ ਮੇਰੇ ਨੂੰ ਵਾਹ ਕਰਕੇ ਤੇ 2 ਘੰਟੇ ਮਿਲਿਆ ਨਹੀਂ ਸੀ, ਭਾਲ ਕਰਦੇ ਰਹੇ ਆ। ਬਟ ਜਦੋਂ ਸਾਨੂੰ ਮਿਲਿਆ ਵਾ ਤੇ ਆਹ ਹਾਲਤ ਦੇ ਵਿੱਚ ਮਿਲਿਆ ਵੀ ਪੁਲਿਸ ਸਾਡੇ ਘਰ ਆ ਕੇ ਕਹਿੰਦੀ ਕਿ ਤੁਹਾਡੇ ਮੁੰਡੇ ਦੀ ਡੈਥ ਹੋ ਚੁੱਕੀ ਆ, ਸਾਡੇ ਘਰ ਪੁਲਿਸ ਆਈ ਆ, ਇਹਨਾਂ ਨੇ ਕਿਹਾ ਕਿ ਡੈਥ ਹੋ ਗਈ, ਫਿਰ ਅਸੀਂ ਇੱਥੇ ਆਏ ਆ ਤਾਂ ਫਿਰ ਸਾਨੂੰ ਪਤਾ ਲੱਗਾ। ਕਿਹਦਾ ਘਰ ਹੈ ਇਹ? ਘਰ ਜੀ ਸੰਨੀ ਮੁੰਡਾ ਡਾਕਟਰ ਅਗਨੀ ਉਹ ਦਾ PA ਜੇ ਉਹ। ਅੱਛਾ, ਹਾਂਜੀ। ਕਾਹਨਾਂ ਮਾਰਿਆ ਮੁੰਡੇ ਨਾਲ? ਸਰ ਕਰੰਟ ਕਰੂੰਟ ਲਾਇਆ, ਬਹੁਤ ਬੁਰਾ ਹਾਲ ਕੀਤਾ ਅੰਦਰ, ਵੇਖੋ ਤੁਸੀਂ ਜਾ ਕੇ ਕਰੀ ਪਾ ਪੂ ਦੇ ਕੇ ਉਹਨਾਂ ਬਹੁਤ ਡੈਥ ਕੀਤੀ। ਰੰਜੀ ਸਰ ਇਹਦੀ ਸੰਨੀ ਦੀ ਜਿਹੜੀ ਭੈਣ ਸੀ ਨਾ ਉਹ ਵਿਆਹੀ ਹੋਈ ਆ, 2 ਦੇ ਬੱਚੇ ਆ, ਅਤੇ ਮੇਰਾ ਭਰਾ ਛੋਟਾ 16 ਸਾਲ ਉਮਰ ਦੇ ਸਾਰੀ, ਇਹਨੇ ਉਹਨੂੰ ਪਿੱਛੇ ਲਾਇਆ ਸੀ, ਠੀਕ ਆ। ਉਹਨੂੰ ਫੋਨ ਕਰਦੀ, 2-3 ਵਾਰੀ ਅੱਗੇ ਮਾਰਨ ਭੱਜੇ ਆ, ਅਤੇ ਜਦੋਂ ਭੱਜੇ 2 ਵਾਰੀ ਤਾਂ ਅਸੀਂ ਉਹਨੂੰ ਮਹਾਂ ਪੰਜਾਬ ਜੋ ਕਿ ਉਦੋਂ ਸਾਡੇ ਕੋਲ ਐਂ ਰੋਂਦਾ ਰਿਹਾ ਸਾਡੇ ਕੋਲ, ਅਸੀਂ ਕੁੱਟਮਾਰ ਕੀਤੀ ਕਿ ਤੂੰ ਕਰਨ ਜਾਂਦਾ ਉੱਧਰ। ਅੱਜ ਉਹ ਅਚਾਨਕ ਨਸ਼ਹਿਰੇ ਕੰਮ ਗਿਆ ਸੀ, ਅਤੇ ਨਸ਼ਹਿਰੇ ਜਦੋਂ ਵਾਪਸ ਆਇਆ ਵਾ ਅਤੇ ਇਹਨਾਂ ਨੇ ਗਵਾਹ ਕਰ ਲਿਆ, ਗਵਾਹ ਕਰਕੇ ਤਾਂ ਸਾਨੂੰ ਉਦੋਂ ਰਿਪੋਰਟ ਮਿਲੀ ਜਦੋਂ ਮਰ ਗਿਆ ਸੀ। ਉਹ ਵੀ ਸਾਨੂੰ ਪੁਲਿਸ ਦੱਸਣਾ ਸੀ, ਸਾਨੂੰ ਕੁਝ ਨਹੀਂ ਪਤਾ ਸੀ ਕਿੱਥੇ ਗਿਆ ਸਾਡਾ ਮੁੰਡਾ, ਕਿੱਥੇ ਨਹੀਂ। ਆਪਣੀ ਭਾਲ ਕੀਤੀ ਸਵਿੱਚ ਆਫ ਜਦੋਂ ਫੋਨ ਆਉਣ ਡਿਆ ਪਿਆ ਉਦੋਂ ਅਸੀਂ ਗਏ। ਭਰਾ ਦਾ ਗੁਰਵਿੰਦਰਜੀਤ ਸਿੰਘ ਉਰਫ ਗਿੱਤਾ ਕਹਿੰਦੇ ਜਦੋਂ। ਕੀ ਉਮਰ ਉਹਦੀ? ਉਮਰ 16 ਤੋਂ 17 ਸਾਲ ਦੀ ਹੈਗੀ ਹੈ। ਹਾਂਜੀ, ਪੜ੍ਹਦੇ ਪੜ੍ਹਾਈ ਛੱਡੀ ਹੀ ਹੁਣ ਦੇ ਨੇ, ਕੰਮ ਫਰੀ ਹਜੇ ਸਿੰਗਾਪੁਰ ਤੋਂ ਆਇਆ ਸੀ, ਥੋੜ੍ਹਾ ਚਿਰ ਹੋਇਆ ਮੈਨੂੰ। ਹਾਂਜੀ, ਮਤਲਬ ਘਰ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਘਰ 'ਚ ਲਿਆਂਦਾ? ਸਾਨੂੰ ਪੁਲਿਸ ਤੋਂ ਪਤਾ ਲੱਗਾ, ਪੁਲਿਸ ਗਈ ਇੱਥੋਂ, ਪੁਲਿਸ ਨੇ ਸਾਨੂੰ। ਸਰ ਇੱਕ ਮਰਡਰ ਕੇਸ ਹੋਇਆ ਜੀ, ਕੀ ਮਾਮਲਾ? ਲੜਕਾ ਹੈ ਗੁਰਵਿੰਦਰਜੀਤ ਸਿੰਘ, ਤਰਨ ਤਾਰਨ ਦਾ ਰਹਿਣ ਵਾਲਾ ਹੈ।
ਇਹਦੇ ਰਿਲੇਸ਼ਨ ਸੀ ਇੱਕ ਲੜਕੀ ਸਿਰੋਂ ਦੀ ਸੰਦੀਪ ਕੌਰ ਦੇ ਨਾਲ। ਉਹ ਅੱਜ ਉਹਨੂੰ ਉਹਦੇ ਘਰ ਇੱਥੇ ਮਿਲਣ ਆਇਆ ਸੀ, ਉਹ ਆਲਰੇਡੀ ਮੈਰਿਡ ਹੈ, ਮਿਲਣ ਆਇਆ ਸੀ। ਇੱਥੇ ਉਹਦੀ ਡੈੱਡ ਬੋਡੀ ਮਿਲੀ ਆ, ਅਸੀਂ ਮੌਕੇ 'ਤੇ ਆਏ ਹਾਂ। ਉਹਦੇ ਲੜਕੇ ਦੇ ਘਰਦਿਆਂ ਨੂੰ ਬੁਲਾਇਆ ਗਿਆ, ਉਹਨਾਂ ਨੇ ਜਿਹੜੀ ਇਹ ਲੜਕੀ ਸੰਦੀਪ ਕੌਰ, ਉਹਦੇ ਬ੍ਰਦਰ, ਉਹਦੀ ਮਾਤਾ, ਉਹਦੇ ਹਸਬੈਂਡ ਅਤੇ ਉਹਦੇ ਦੋ ਜੇਠਾਂ ਦੇ ਖਿਲਾਫ ਜਿਹੜੀ ਆ ਫਿਲਹਾਲ FIR ਦਰਜ ਕਰਵਾਈ ਹੈ। ਅਤੇ ਮੌਕੇ ਤੋਂ ਜਿਹੜੇ ਸੰਦੀਪ ਕੌਰ ਅਤੇ ਉਹਦੀ ਮਾਤਾ ਜਿਹੜੀ ਉਹ ਕਾਬੂ ਆਈ ਆ, ਪਰਚਾ ਦਰਜ ਕਰ ਲਿਆ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਅਤੇ ਹੋਰ ਬਾਈ ਨੇਮ ਕਿੰਨਾ 'ਤੇ ਹੋਇਆ ਜੀ ਪਰਚਾ ਦਰਜ? ਬਾਈ ਨੇਮ ਲੜਕੀ ਜਿਹੜੀ ਸੰਦੀਪ ਕੌਰ ਆ, ਉਹਦਾ ਭਰਾ ਆ ਮਨਪ੍ਰੀਤ ਆ, ਉਹਦੀ ਮਾਤਾ ਆ, ਉਹਦਾ ਹਸਬੈਂਡ ਆ ਹਿੰਮਤ ਸਿੰਘ, ਅਤੇ ਉਹਦੇ ਦੋ ਜੇਠ ਹੈ, ਉਹ ਵੀ ਤਰਨ ਤਾਰਨ ਦੇ, ਉਹਨਾਂ ਦੇ ਖਿਲਾਫ਼। ਅਤੇ ਸਰ ਮੁੰਡੇ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਕੁਝ? ਇਹਦੇ ਜਿਹੜਾ ਮੌਕੇ 'ਤੇ ਜਿਹੜਾ ਦੇਖਿਆ ਗਿਆ, ਉਹਦੇ ਕਰੰਟ ਲੱਗਾ ਆ ਔਰ ਗਲ 'ਚ ਜਿਹੜੇ ਸਟਰੈਂਗੂਲੇਸ਼ਨ ਦੇ ਨਿਸ਼ਾਨ ਆ। ਬਾਕੀ ਪੋਸਟਮਾਰਟਮ ਤੋਂ ਕਲੀਅਰ ਹੋਊਗਾ ਕੌਜ਼ ਆਫ ਡੈਥ, ਫਿਰ ਦੈਨ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ। ਹੁਣ ਸਰ ਅਰੈਸਟ ਜਿਹੜੀ ਪਈ ਆ, ਕਿੰਨੀ ਕਿੰਨਾ ਦੀ ਪਈ ਆ? ਕਾਬੂ ਆ ਗਏ ਉਹਦੇ ਸੰਦੀਪ ਕੌਰ ਅਤੇ ਉਹਦੀ ਮਦਰ ਜਿਹੜੀ ਉਹ ਕਾਬੂ ਆ ਗਈ ਆ, ਅਤੇ ਬਾਕੀ ਪੁੱਛਗਿੱਛ ਕਰਕੇ ਫਿਰ ਅਜੇ ਫਿਲਹਾਲ ਪਰਚਾ ਦਰਜ ਕਰਕੇ ਉਹਨਾਂ 'ਤੇ ਬਾਕੀ 'ਤੇ ਰੇਡ ਕਰਕੇ ਕਾਬੂ ਕਰ ਲਾਂਗੇ। ਰੰਗਲਾ ਟੀਵੀ ਲਈ ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ।